ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ, ਸੋ ਕਰ ਲਓ ਸਬਸਕ੍ਰਾਈਬ। ਪਿਓ ਨੇ, ਮੇਰੇ ਭਰਾ ਨੇ, ਮੇਰੀ ਭੈਣ ਨੇ, ਸਾਡੇ ਜਵਾਈ ਨੇ ਮੈਨੂੰ ਬੜਾ ਦੁਖੀ ਕੀਤਾ, ਮੇਰੀ ਜਨਾਨੀ ਨੂੰ ਬੜਾ ਦੁਖੀ ਕੀਤਾ ਸੀ। ਮੇਰੀ ਜਨਾਨੀ ਮੇਰਾ ਸਾਥ ਦਿੰਦੀ ਆ, ਪਰ ਉਹਨੂੰ ਵੀ ਮਾੜਾ ਚੰਗਾ ਬੋਲਦੇ, ਮੇਰੇ ਦੋਸਤਾਂ ਨੂੰ ਵੀ ਮਾੜਾ ਚੰਗਾ ਬੋਲਦੇ, ਮੇਰੀ ਮੌਤ ਦੇ ਜ਼ਿੰਮੇਵਾਰ ਉਹ ਸਾਰਾ ਮੇਰਾ ਟੱਬਰ ਆ। ਥਾਣਾ ਨੰਬਰ 1 ਦੇ ਅਧੀਨ ਆਉਂਦੇ ਗੁਰਬਚਨ ਸਿੰਘ ਨਗਰ ਵਿੱਚ ਇੱਕ ਵਿਅਕਤੀ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਜ਼ਹਿਰੀਲੀ ਵਸਤੂ ਨਿਗਲ ਲਈ ਅਤੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਕਿ ਵਿਅਕਤੀ ਨੇ ਆਪਣੇ ਹੀ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਮੇਰੇ ਭਰਾ ਨੇ, ਮੇਰੀ ਭੈਣ ਨੇ, ਸਾਡੇ ਜਵਾਈ ਨੇ ਮੈਨੂੰ ਬੜਾ ਦੁਖੀ ਕੀਤਾ, ਮੇਰੀ ਜਨਾਨੀ ਨੂੰ ਬੜਾ ਦੁਖੀ ਕੀਤਾ ਸੀ। ਕਿਸੇ ਨੂੰ ਦੱਸ ਨਹੀਂ ਸਕਦੇ, ਸਾਡੇ ਨਾਲ ਮਾਰ ਕਟਾਈ ਕਰਦੇ ਆ। ਮੇਰੇ ਯਾਰਾਂ ਦੋਸਤਾਂ 'ਚ ਪਰਚਾ ਦਿੱਤਾ, ਮੇਰੇ 'ਤੇ ਪਰਚਾ ਦਿੱਤਾ। ਉੱਤੋਂ ਪੁਲਿਸ ਵਾਲੇ ਧਮਕੀਆਂ ਦਿੰਦੇ ਆ, ਕਹਿੰਦੇ ਤੁਹਾਨੂੰ ਅੰਦਰ ਕਰ ਦੇਣਾ, ਭਾਜੋ ਘਰੇ। ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ, ਚੌਂਕੀ ਵਾਲਿਆਂ, ਇੱਕ ਨੰਬਰ ਥਾਣੇ ਵਾਲਿਆਂ ਨੇ ਕੋਈ ਮਦਦ ਨਹੀਂ ਕੀਤੀ। ਅੱਜ ਮੈਂ ਦੁਖੀ ਹੋ ਕੇ ਇਹ ਕਦਮ ਚੱਕਣ ਲੱਗਾ, ਆਪਣੇ ਪਿਓ ਤੋਂ, ਆਪਣੇ ਭਰਾ ਕਾਲੇ ਤੋਂ, ਬਿੱਟੂ ਤੋਂ ਜਿਹੜਾ ਸਾਡਾ ਜਵਾਈ ਆ, ਮੇਰੀ ਵੱਡੀ ਭੈਣ ਕਿੰਦੂ, ਉਹ ਤੋਂ ਦੁਖੀ ਹੋ ਕੇ ਮੈਂ ਅੱਜ ਇਹ ਕੰਮ ਕਰਨਾ ਚਾਹੁੰਦਾ। ਮੇਰੀ ਜਨਾਨੀ ਮੇਰਾ ਸਾਥ ਦਿੰਦੀ ਆ, ਪਰ ਉਹਨੂੰ ਵੀ ਮਾੜਾ ਚੰਗਾ ਬੋਲਦੇ, ਮੇਰੇ ਦੋਸਤਾਂ ਨੂੰ ਵੀ ਮਾੜਾ ਚੰਗਾ ਬੋਲਦੇ, ਪ੍ਰਮੋਦ ਨੂੰ, ਮਿੱਠੂ ਨੂੰ, ਮੇਰੀ ਮੌਤ ਦੇ ਜ਼ਿੰਮੇਵਾਰ ਉਹ ਸਾਰਾ ਮੇਰਾ ਟੱਬਰ ਆ। ਮੇਰੇ ਯਾਰਾਂ ਦੋਸਤਾਂ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ, ਨਾ ਮੇਰੀ ਜਨਾਨੀ 'ਤੇ ਕੀਤੀ ਜਾਵੇ ਕੋਈ ਕਾਰਵਾਈ। ਮੇਰੀ ਮੌਤ ਦੇ ਜ਼ਿੰਮੇਵਾਰ ਮੇਰਾ ਪਿਓ, ਮੇਰਾ ਭਰਾ ਕਾਲਾ, ਬਿੱਟੂ, ਮੇਰੀ ਭੈਣ ਵੱਡੀ, ਇਹ ਜ਼ਿੰਮੇਵਾਰ ਹੋਣਗੇ। ਜ਼ਹਿਰੀਲੀ ਦਵਾਈ ਖਾਣ ਨਾਲ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਸੋਸ਼ਲ ਸਾਈਟ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਉਸਨੇ ਆਪਣੇ ਪਿਤਾ, ਭਰਾ ਅਤੇ ਭੈਣ 'ਤੇ ਗੰਭੀਰ ਦੋਸ਼ ਲਗਾਏ ਨੇ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੱਸ ਸਹੁਰਾ ਮੇਰਾ ਲੜਦਾ ਸੀ, ਉਹ ਕਹਿੰਦੇ ਤੁਹਾਨੂੰ ਬੇਦਗ ਕਰਤਾ, ਘਰੋਂ ਕੱਢਣਾ ਵਾ, ਅੱਜ ਵੀ ਗਏ ਸੀ। ਭਰਾ ਮੇਰਾ, ਭਰਾ ਉਹਦਾ ਗਿਆ ਸੀ ਅਤੇ ਭਰਾ ਤੇ ਉਹਦੀ ਭੈਣ ਵੱਡੀ, ਇਹ ਤਿੰਨੇ ਜਣੇ ਗਏ ਆ, ਤਿੰਨੇ ਜਣੇ ਗਏ ਉੱਥੇ, ਇੱਥੇ ਸਿਵਲ ਹੋਸਪਿਟਲ ਪਤਾ ਨਹੀਂ ਕੀ ਕਰਵਾ ਕੇ ਗਏ ਸਾਡੇ ਬਾਰੇ, ਬਿਨਾਂ ਪਸਾਰਨਗੇ ਘਰੋਂ ਕੱਢ ਦੇਣਗੇ, ਉਹਦਾ ਕਰਕੇ ਦਵਾਈ ਖਾ ਲਈ ਆ। ਘਰ ਦੇ ਵਿੱਚ ਥੋੜਾ ਬਹੁਤ ਕਲੇਸ਼ ਹੋਇਆ ਸੀਗਾ, ਦਰਖਾਸਤਾਂ ਵਗੈਰਾ ਦੇਣ ਲਈ ਆਏ ਸੀ ਤੇ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਆਏ ਸੀਗੇ ਦੋਨੋਂ ਪਾਰਟੀਆਂ, ਜਾਂ ਕੋਈ ਏਦਾਂ ਦੀ ਗੱਲ ਤਸਦੀਕ ਨਹੀਂ ਹੋਈ, ਇਹ ਗੱਲ ਕਲੀਅਰ ਕਰਕੇ ਹੀ ਪਤਾ ਲੱਗੂਗੀ ਕਿ ਐਕਚੁਅਲੀ ਗੱਲ ਕੀ। ਸਰ ਕੋਈ ਬੰਦਾ ਵੀ ਵਾਰਡ ਹੋਇਆ? ਹਾਂਜੀ ਹਾਂਜੀ, ਅਸੀਂ ਉਹਦੇ ਵਾਸਤੇ ਕਰ ਰਹੇ ਹਾਂ, ਹੁਣ ਜੋ ਸਟੇਟਮੈਂਟ ਉਹਦੀ ਘਰਵਾਲੀ ਮਨਪ੍ਰੀਤ ਦੇ ਰਹੀ ਹੈ ਉਹਦੇ 'ਤੇ ਜੋ ਵੀ ਕਾਰਵਾਈ FIR ਬਣਦੀ ਕਰਕੇ, ਅਤੇ ਅਸੀਂ ਬੰਦਾ ਜਿਹੜਾ ਵੀ ਜਿਹੜੇ ਜਿਨ੍ਹਾਂ ਦੇ ਖਿਲਾਫ ਉਹ ਦੱਸਦੇ ਨੇ ਕੋਈ ਵੀਡੀਓ ਵਾਇਰਲ ਕੀਤੀ ਹੈ ਉਹਨੂੰ ਦੇਖ ਕੇ ਜਾਂ ਜੋ ਬਿਆਨਾਂ ਦੇ ਵਿੱਚ ਜਿਹੜੇ ਬੰਦੇ ਲਿਖਾਣਗੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ। ਵਿਅਕਤੀ ਦੀ ਪਹਿਚਾਣ ਸੁਖਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ, ਜੋ ਕਿ ਵੇਰਕਾ ਮਿਲਕ ਪਲਾਟ ਦੇ ਗੁਰਬਚਨ ਸਿੰਘ ਨਗਰ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਦਾ ਵਿਆਹ 2 ਸਾਲ ਪਹਿਲਾਂ ਮਨਪ੍ਰੀਤ ਨਾਂ ਦੀ ਲੜਕੀ ਨਾਲ ਹੋਇਆ ਸੀ। ਉਸ ਦੀ ਇੱਕ ਬੇਟੀ ਹੈ। ਸੁਖਵਿੰਦਰ ਦੀ ਭੈਣ ਅਤੇ ਉਸਦਾ ਜੀਜਾ ਪਿਛਲੇ 8 ਸਾਲ ਤੋਂ ਉਹਨਾਂ ਦੇ ਘਰ ਆ ਕੇ ਰਹਿ ਰਹੇ ਸਨ, ਜਿਸ ਕਰਕੇ ਪਰਿਵਾਰ ਵਿੱਚ ਘਰੇਲੂ ਕਲੇਸ਼ ਰਹਿੰਦਾ ਸੀ। ਸੁਖਵਿੰਦਰ ਦਾ ਪਿਤਾ ਸਰਵਣ ਸਿੰਘ ਆਪਣੇ ਪੁੱਤਰ ਸੁਖਵਿੰਦਰ ਅਤੇ ਨੂੰਹ ਮਨਪ੍ਰੀਤ ਕੌਰ ਨੂੰ ਘਰੋਂ ਕੱਢਣਾ ਚਾਹੁੰਦਾ ਸੀ, ਜਿਸ ਦੇ ਚੱਲਦਿਆਂ
ਅੱਜ ਦੁਖੀ ਹੋ ਕੇ ਮ੍ਰਿਤਕ ਨੇ ਆਤਮ ਹੱਤਿਆ ਕਰ ਲਈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।